ਸਸ਼ੀਕਾਲ ਆਦਾਬ ਨਮਸਕਾਰ ਐਂਡ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਰਾਜਿੰਦਰ ਸਿੰਘ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਫੇਵਰੇਟ ਸ਼ੋਅ ਸਾਜ਼ ਰੇਡੀਓ ਟੋਰਾਂਟੋ ਹੋਰ ਸੁਣਾਓ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਆਪਣੇ ਬੱਚਿਆਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਬਹੁਤ ਵਧੀਆ ਟਾਈਮ ਸਪੈਂਡ ਕਰ ਰਹੇ ਹੋਵੋਗੇ ਤੇ ਟਾਈਮ ਨੂੰ ਹੋਰ ਵੀ ਵਧੀਆ ਬਣਾਉਣ ਆ ਗਈ ਹੈ ਸਾਜ਼ ਰੇਡੀਓ ਟੋਰਾਂਟੋ ਦੀ ਟੀਮ ਤੇ ਬਿਲਕੁਲ ਅੱਜ ਹੈਗਾ ਵੀਰਵਾਰ ਖੋਲਾਂਗੇ ਲਾਲ ਕਿਤਾਬ ਗੱਲਾਂ ਕਰਾਂਗੇ ਤੁਹਾਡੀ ਨੇਚਰ ਨੂੰ ਲੈ ਕੇ ਤੇ ਬਿਲਕੁਲ ਤੁਸੀਂ ਨੇ ਦੱਸਣਾ ਹੈਗਾ ਆਪਣਾ ਡੇਟ ਆਫ ਬਰਥ ਤੇ ਡੇਟ ਆਫ ਬਰਥ ਦੇ ਨਾਲ ਜੇ ਨਾਮ ਵੀ ਦੱਸ ਦੋਗੇ ਤਾਂ ਫਿਰ ਹੋਰ ਜ਼ਿਆਦਾ ਕੰਬੀਨੇਸ਼ਨ ਬਣ ਜਾਂਦਾ ਹੈ ਸਾਡੀ ਸਟੱਡੀ ਦਾ ਸਾਡੀ ਇੱਕ ਇਹ ਜਿਹੜੀ ਆਰਟ ਹੈ ਤੇ ਮੈਂ ਦੁਬਾਰਾ ਦੱਸਦਾ ਵੀ ਇਹ ਜਿਹੜੀ ਸਾਡਾ ਲਾਲ ਕਿਤਾਬ ਵਾਲਾ ਕਨਸੈਪਟ ਹੈ ਇਹ ਕੋਈ ਐਸਟ੍ਰੋਲੋਜੀ ਨਹੀਂ ਹੈਗੀ ਤੇ ਨਾ ਹੀ ਮੈਂ ਕੋਈ ਐਸਟ੍ਰੋਲੋਜਰ ਹੈਗਾ ਤੇ ਬਿਲਕੁਲ ਮੇਰੀ ਸਟੱਡੀ ਹੈ ਤੇ ਆਓ 905-673-3337 ਦੇ ਉੱਤੇ 905-673-3337 ਦੇ ਉੱਤੇ ਤੁਸੀਂ ਆਪਣਾ ਡੇਟ ਆਫ ਬਰਥ ਦੱਸ ਕੇ ਗੱਲਬਾਤ ਕਰ ਸਕਦੇ ਹੋ ਆਪਣੀ ਨੇਚਰ ਬਾਰੇ ਤੇ ਨਾਲ ਦੀ ਨਾਲ ਇੰਸਟਾਗ੍ਰਾਮ ਦੇ ਉੱਤੇ ਸਾਜ਼ ਰੇਡੀਓ ਟੋਰਾਂਟੋ ਇੰਸਟਾਗ੍ਰਾਮ ਦੇ ਉੱਤੇ ਵੀ ਲਾਈਵ ਹੈਗੇ ਆ ਤੇ ਉੱਥੇ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਡੇਟ ਆਫ ਬਰਥ ਪਾ ਸਕਦੇ ਹੋ ਤੇ ਕਈ ਵਾਰ ਕਾਲ ਨਹੀਂ ਮਿਲਦੀ ਪਰ ਕਾਲਸ ਸਟੂਡੀਓ ਨੇ ਓਪਨ ਕਰ ਦਿੱਤੀਆਂ ਗਈਆਂ ਨੇ 905-673-3337 ਦੇ ਉੱਤੇ 905-673-3337 ਦੇ ਉੱਤੇ ਆਪਣਾ ਡੇਟ ਆਫ ਬਰਥ ਤੇ ਕਿਉਂਕਿ ਇਹ ਜਿਹੜੀ ਕਨੈਕਟੀਵਿਟੀ ਹੈ ਨੇਚਰ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਸਾਡਾ ਮੰਨਣਾ ਹੈਗਾ ਸਾਡਾ ਇਹ ਬਹੁਤ ਮੰਨਣਾ ਤੁਸੀਂ ਵੀ ਸ਼ਾਇਦ ਇਸ ਚੀਜ਼ ਦੇ ਵਿੱਚ ਬਲੀਵ ਕਰਦੇ ਹੋਵੋਗੇ ਇੱਕ ਨੇਚਰ ਹੈ ਜਿਹੜੀ ਬਹੁਤ ਬਹੁਤ ਸਾਡੇ ਜਿਹੜੇ ਕੰਮ ਹੁੰਦੇ ਨੇ ਜ਼ਿੰਦਗੀ ਦੇ ਉਹਦੇ ਥਰੂ ਬਣਦੇ ਨੇ ਨੇਚਰ ਦੇ ਥਰੂ ਬਣਦੇ ਨੇ ਨੇਚਰ ਚੰਗੀ ਹੈ ਤੇ ਬਹੁਤ ਚੀਜ਼ਾਂ ਹੱਲ ਹੋ ਜਾਂਦੀਆਂ ਨੇ ਤੇ ਥੋੜਾ ਬਹੁਤਾ ਇੱਧਰ ਉੱਧਰ ਹੁੰਦਾ ਨੇਚਰ ਦੇ ਵਿੱਚ ਤਾਂ ਪ੍ਰੋਬਲਮਸ ਵੀ ਬਹੁਤ ਹੁੰਦੀਆਂ ਨੇ ਆਈ ਹੋਪ ਤੁਸੀਂ ਸਾਰੇ ਜਾਣੇ ਐਗਰੀ ਕਰਦੇ ਹੋਵੋਗੇ ਦੂਜਾ ਮੇਰਾ ਇੱਕ ਰਿਕੁਐਸਟ ਹੈ ਸਾਡੇ ਸਾਰੇ ਭੈਣ ਭਰਾਵਾਂ ਨੂੰ ਵੀ ਅਨਨੋਨ ਕਈ ਵਾਰ ਨਾ ਨੰਬਰ ਡਿਸਪਲੇ ਨਹੀਂ ਹੁੰਦਾ ਸਾਡੇ ਫੋਨ ਦੇ ਉੱਤੇ ਨੰਬਰ ਜ਼ਰੂਰ ਡਿਸਪਲੇ ਕਰਿਆ ਕਰੋ ਐਜ਼ ਪਰ ਦਾ ਰੇਡੀਓ ਗਾਈਡਲਾਈਨਸ ਅਸੀਂ ਕੋਈ ਐਸਾ ਫੋਨ ਨਹੀਂ ਚੱਕ ਸਕਦੇ ਜਿਹਦਾ ਨੰਬਰ ਨਹੀਂ ਡਿਸਪਲੇ ਹੁੰਦਾ 905-673-3337 ਤੇ ਆਪਣੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਅੱਜ ਦੇ ਸ਼ੋਅ ਨੂੰ ਸਪੌਂਸਰ ਕੀਤਾ ਜਾ ਰਿਹਾ ਪਰਿਵਾਰ ਦੇ ਵਿੱਚ ਵਾਧਾ ਹੋਇਆ ਇੱਕ ਹੋਰ ਅਸੀਂ ਮਤਲਬ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਅਸੀਂ ਅੱਜ ਸਾਗ ਖਾ ਕੇ ਆਏ ਤੇ ਸਾਗ ਕਿੱਥੋਂ ਖਾ ਕੇ ਆਏ ਆ ਇਹ ਇੱਕ ਬ੍ਰੈਂਪਟਨ ਦੇ ਵਿੱਚ ਬੇਬੇ ਦਾ ਸਾਗ ਦੇ ਨਾਂ ਤੋਂ ਇੱਕ ਨਵਾਂ ਜੇ ਮੈਂ ਕਹਾਂ ਸਾਗ ਮੱਕੀ ਦੀ ਰੋਟੀ ਬੱਲੇ ਬੱਲੇ ਵਾਲਾ ਕੰਮ ਘਰ ਦਾ ਸਾਗ ਜੇ ਖਾਣਾ ਹੈ ਮੱਕੀ ਦੀ ਰੋਟੀ ਖਾਣੀ ਹੈ ਇਸ ਚੀਜ਼ ਦੀ ਗਰੰਟੀ ਹੈ ਸਵਾਦ ਦੀ ਗਰੰਟੀ ਹੈ ਤੁਹਾਡੀ ਸਿਹਤ ਦੀ ਗਰੰਟੀ ਹੈ ਕਿਉਂਕਿ ਜੋ ਘਰ ਦਾ ਸਾਗ ਤੇ ਮੱਕੀ ਦੀ ਰੋਟੀ ਤੁਹਾਨੂੰ ਮਿਲਣੀ ਹੈ ਉੱਤੇ ਬੱਲੇ ਬੱਲੇ ਵਾਲਾ ਕੰਮ ਸਰੋਂ ਦਾ ਸਾਗ 289 ਨੰਬਰ ਨੋਟ ਕਰ ਲਓ ਸਾਜ਼ ਰੇਡੀਓ ਟੋਰਾਂਟੋ ਦਾ ਰੈਫਰੈਂਸ ਦਓਗੇ ਹੋਰ ਵੀ ਬੱਲੇ ਬੱਲੇ ਕਰਾਉਣਗੇ 289-499-7726 299-499-7726 ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋ ਤੇ ਕੱਲ ਤੋਂ ਸ਼ੁਰੂ ਹੋ ਰਿਹਾ ਜੀ 12 ਵਜੇ ਤੋਂ ਬਾਅਦ ਤੁਸੀਂ ਇਸ ਨੰਬਰ ਤੇ ਜਾਓ ਤੋਂ ਪਹਿਲਾਂ ਵੀ ਜੇ ਆਰਡਰ ਲਿਖਾਉਣਾ ਹੈ ਲਿਖਾ ਸਕਦੇ ਹੋ ਤਾਂ ਇਹਨਾਂ ਨੂੰ ਫੋਨ ਕਰਕੇ ਤੁਹਾਡਾ ਜਿਹੜਾ ਸਾਗ ਹੈ ਤੇ ਮੱਕੀ ਦੀ ਰੋਟੀ ਹੈ ਉਹ ਪਿਕਅਪ ਕੀਤਾ ਜਾ ਸਕਦਾ ਹੈ 289 ਫਰੈਸ਼ ਦੀ ਜੇ ਗੱਲਬਾਤ ਕੀਤੀ ਜਾਵੇ ਤਾਜ਼ਾ ਸਾਗ ਤੇ ਤਾਜ਼ੀ ਮੱਕੀ ਦੀ ਰੋਟੀ ਉਦੋਂ ਦਾ ਹੀ ਬਣਿਆ ਹੋਇਆ 289-499-7726 299-499-7726 ਤੇ ਕਾਲ ਕੀਤੀ ਜਾ ਸਕਦੀ ਹੈ ਬਿਲਕੁਲ ਦੋਸਤੋ ਕਾਲਾਂ ਆ ਗਈਆਂ ਨੇ ਕਾਲਾਂ ਸਾਰਿਆਂ ਦੀਆਂ ਇੱਕ ਇੱਕ ਕਰਕੇ ਲਵਾਂਗੇ ਤੇ ਮੈਂ ਛੋਟਾ ਜਿਹਾ ਰਿਕੁਐਸਟ ਕਰੂੰਗਾ ਸਾਡੇ ਸਾਰੇ ਭੈਣ ਭਰਾਵਾਂ ਨੂੰ ਵੀ ਥੋੜਾ ਜਿਹਾ ਸ਼ਾਰਟ ਰੱਖਿਓ ਜੋ ਕਿ ਆਪਾਂ ਸਾਰੇ ਭੈਣ ਭਰਾਵਾਂ ਨੂੰ ਕਵਰ ਕਰ ਸਕੀਏ ਤੇ ਇੰਨੀ ਕੁ ਜ਼ਰੂਰ ਮੇਰੀ ਤੁਸੀਂ ਨੇ ਰਿਕੁਐਸਟ ਮੰਨਣੀ ਹੈ ਨੰਬਰਾਂ ਕਾਲਾਂ ਵੱਲ ਨੂੰ ਚੱਲਦੇ ਹਾਂ ਬਿਲਕੁਲ ਜੀ ਬਿਲਕੁਲ ਪਹਿਲੀ ਕਾਲ ਵੱਲ ਨੂੰ ਚੱਲਦੇ ਹਾਂ ਕਪਿਲ ਸਾਹਿਬ ਕਪਿਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੁਸੀਂ ਸੁਣਾਓ ਅੱਛਾ ਜੀ ਸੋ ਸੋਰੀ ਭਾਜੀ ਸੋ ਸੋਰੀ ਜੀ ਭਾਜੀ 1999 ਠੀਕ ਹੈ ਗੁੱਸਾ ਕਿੰਨਾ ਕੁ ਆਉਂਦਾ ਕਪਿਲ ਸਾਹਿਬ ਹਾਂ ਕਿਉਂ ਆਉਂਦਾ ਕੀ ਕਾਰਨ ਹੈ ਕੋਈ ਖਾਸ ਗੱਲ ਤੇ ਗੁੱਸਾ ਤਾਂ ਆਉਂਦਾ ਨੀ ਹੈਗਾ ਤੁਹਾਨੂੰ ਨਜਾਇਜ਼ ਗੁੱਸਾ ਆਉਂਦਾ ਹੋ ਜਾਂਦਾ ਗੱਲ ਕਰਨਾ ਤਾਂ ਆ ਜਾਂਦਾ ਕਾਫੀ ਗੱਲਾਂ
ਲੱਗਦਾ ਵੀ ਕੰਮਾਂ ਦੇ ਵਿੱਚ ਵਿਘਣ ਪੈਂਦੇ ਨੇ। चलो मैं दो तीन चीजा दसूंगा, यह चीजा जो ध्यान देता तो मैं तुम हफ्ते बाद कॉल करके दसना है भी यह चीजा थोड़िया ठीक हो नहीं। ठीक है, एक तो तुम गुस्से डिलीट कर दो अपने अंदरों, थोड़े अंदर गुस्से की कोई जगह नहीं हैगी थोड़े वास्ते। ठीक है, दूजा थोड़ा जा विश्वास बनाओ, विश्वास बनाओ चीजा के उत्ते, उस परमात्मा के उत्ते। सिर्फ एक्चुअल दे विच फील, मतलब यह कहना नहीं भी हाँ मैं मनदा, सच्चियो मनो, अपने दिलों मनो भी हाँ चीजा है उस कुदरत ने बनाईया ने, अपने घर च विश्वास करो। अच्छा, चीजा कदे नहीं दसनिया किसी नूं भी जब तक थोड़ा कोई काम बन नहीं जाता, जदों बन गया अपने आप सब नूं पता लग जूगा, ज्यादा एक्साइटेड होने की लोड़ नहीं, चुप रहना। ठीक है, चुप रहना, तुसीं आप देखोगे थोड़े काम बनदे। ठीक है, क्योंकि बंदे तुसीं बहुत कमाल दे हो, कुछ छोटी छोटी चीजा ने जिन्हां ते असीं ने ध्यान दे लिया, तुसीं खुद मैनूं कॉल करके कहोगे जी बल्ले बल्ले होगी। ठीक है जी, बस आ दो तीन चीजा ते तुसीं काम कर लो ते बल्ले बल्ले वाली जिंदगी तुसीं खुद मैनूं कहना कॉल करके। ठीक है, थैंक यू, रखो अपना ख्याल। बिल्कुल दोस्तों, गुस्से ते मैं सारयां नूं बहुत ज्यादा इस चीज के उत्ते, मैं गुस्से की निंदा तो मैं सारी जगह करदा। गुस्सा साडे दिमाग नूं भटका दिंदा है ते जदों दिमाग भटक जांदा है उदों चीजा साडे कंट्रोल तो बाहर हो जांदियां ने, चुटर पुटर चलता रहिंदा गुस्सा, वह तां चलो थोड़ा मोटा जब तक थोड़ा दिमाग संतुलन दे विच है, ते जदों दिमाग आउट हो गया, गुस्सा आउट हो गया, फिर ना तो कोई गल समझ आउंदी है ते ना पता लगता सी की बोलदे आ, बाद दे विच इक सॉरी वर्ड ही रह जांदा बोलण लई, ते फिर वो सॉरी वर्ड का मजा नहीं आता जो उसे सारा माहौल खराब हो जाता है। इस करके मैं गुस्से को हमेशा कहना डिलीट कर दो अंदरों। 905-673-3337 के उत्ते, 905-673-3337 के उत्ते गल्लां बातां कर रहे हैं। तो चलते हैं अगलिया कॉलों वल। हाँ जी, गुरदविंदर, सत श्री अकाल जी। बहुत वधिया भाजी, नाम मैं ठीक लिया तुहाडा? ठीक है भाजी, ठीक है जी भाजी। ठीक है, देखो एक सोचने किन्ना को बहुत सोचने हो, देखो सोचना छोड़ दो, रब ने कोई चीज तो लगो के रखी नहीं हुई, सारी चीजा तो देती रब ने, दितिया ने कि नहीं दितिया, फिर क्यों सोचते हो? नेगेटिविटी अंदर नहीं आने देनी, लेजीपना जे हैगा, हैगा लेजीपना? नहीं, लेजीपना नहीं है जी। पर थोड़े घर कहते लेजी हो, यह देख लो, मैं फोन करके दसता भी तुसी लेजी हो, यह थोनू कह रहे, क्योंकि तुसी घरे जिहड़ा थोड़ा घरे थोड़ा कनैक्ट है, थोड़ा जिहड़ा बाहर है ना, वो तुसी तुसी दो दो कह सकते हो, तुसी दो परसनैलिटी हो, तुसी घर दे विच तुसी आपदे आप नूं बहुत रिलैक्स फील करते हो, इस करके थोड़े घर दियां नूं लगता भी यह साडा मुंडा लेजी बहुत है, पर तुसी एक्चुअल च लेजी है नहीं। बाहर जो थोड़ी एक्टिविटी है ना, तुसी इको दिन दे विच वो कहिंदे हुंदे ना वी माउंट एवरेस्ट नूं टच करना चाहुंदे हो, थोड़े अंदर वो थोड़ा थॉट है वी मैं यार इही कर लां, मैं यार आ वी कर लां, एवें करदे हो? सोल्यूशन है थोड़े को हर चीज का, लब लैंदे हो किसी ना किसी तरीके, भावे थोनू इधरों मोड़ कढ़ना पवे भावे उधरों मोड़ कढ़ना पवे, तुसी सोल्यूशन लब लैंदे हो। हां बस तुसी ने एक दो काम होर करने ने, गुस्सा थोनू भी आउंदा। ठीक है, एक तो गुस्से के काम करना, एक बुरा ना मनना, एक सफाई का बहुत ध्यान रखना शरीरक तौर पर, क्योंकि कमां कारां दे विच बिजी होने करके ना तुसी कई बार अणगहली कर दिंदे हो। ठीक है, उहदा सफाई का बहुत ध्यान रखना है। रात नूं मैनूं थोड़ा वर्क शेड्यूल नहीं पता, पर जे तुसी टाइम नाल घरे पहुंच जांदे हो तां टाइम नाल सौ के सवेरे जल्दी उठना भी, सूरज मैनूं पता है साडे कामकार इत्थे बहुत अजिहे ने भी सूरज तों पहलां नहीं असीं उठ सकदे, पर कोशिश करनी है जल्दी उठण दी। ठीक है, जल्दी उठने की कोशिश करनी है, सवेरे जो अद्धा घंटा भी तुसी एक्सरसाइज कर लो ना, ते पांच मिनट भी परमात्मा का नाम ले लो, जेडे कम्मां दे विच विघन पै रहे होणगे वो सारे हट जाणगे। ड्रिंक करदे हो? नहीं जी। हाँ, ड्रिंक नहीं कदे करनी, सारी उम्र नहीं करनी, काम च कोई विघन नहीं पैंदा।
थैंक यू 905-600-73-33-37 ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਮੈਂ ਜਲਦੀ ਮੇਰੇ ਭੈਣ ਭਰਾ ਜੁੜੇ ਹੋਏ ਨੇ ਤੇ ਬਿਲਕੁਲ ਮੈਂ ਦੁਬਾਰਾ ਦੱਸਦਾ ਅੱਜ ਖੁੱਲੀ ਹੋਈ ਆ ਲਾਲ ਕਿਤਾਬ ਗੱਲਾਂ ਕਰ ਰਹੇ ਤੁਹਾਡੀ ਨੇਚਰ ਨੂੰ ਲੈ ਕੇ 905-600-73-33-37 905-673-33-37 ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ 9:16 ਹੋ ਚੁੱਕੇ ਨੇ ਮਹਿੰਕ ਪਟਨਾਗਰ ਸਾਹਿਬ ਕੋਲੇ ਚੱਲਦੇ ਆ ਮਹਿੰਕ ਪਟਨਾਗਰ ਸਾਹਿਬ ਨੂੰ ਤੁਸੀਂ ਸਾਰੇ ਜਾਣੇ ਜਾਣਦੇ ਹੋ ਮੋਰਗੇਜ ਦੇ ਲਈ ਜੇ ਮੈਂ ਗੱਲਬਾਤ ਕਰਾਂ ਚਾਹੇ ਉਹ ਰੈਜ਼ੀਡੈਂਸ਼ੀਅਲ ਹੋਵੇ ਚਾਹੇ ਉਹ ਕਮਰਸ਼ੀਅਲ ਹੋਵੇ ਸਿੱਧਾ ਡਾਇਰੈਕਟ ਕਾਲ ਕਰਨੀ ਹੈ ਮਹਿੰਕ ਪਟਨਾਗਰ ਸਾਹਿਬ ਨੂੰ 647-702-2023 647-702-2023 ਕਰਦੇ ਹਾਂ ਭਾਜੀ ਦਾ ਵੈਲਕਮ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਮੈਂ ਠੀਕ ਠਾਕ ਸਾਡੀ ਜਿਹੜੀ ਲਾਲ ਕਿਤਾਬ ਹੈਗੀ ਉਹ ਦੇਖ ਲਓ ਕੰਮ ਕਿਵੇਂ ਚੱਲੂ ਤੁਹਾਡਾ ਕੰਮ ਦੀ ਬੱਲੇ ਬੱਲੇ ਆ ਬਾਬੇ ਨੇ ਹੁਣ ਸੁਣ ਲਈ ਹੈ ਸਾਰਿਆਂ ਦੀ ਜਲਦੀ ਹੀ ਇਹ ਪਰਮਾਤਮਾ ਨੇ ਆ ਇੰਟਰਸਟ ਰੇਟ ਜਿੰਨੇ ਵਧੇ ਹੋਏ ਨੇ ਇਹ ਡਾਊਨ ਕਰ ਦੇਣੇ ਨੇ ਸਭ ਉਹ ਪੁਰਾਣੀ ਜਿਹੜੀ ਖੁਸ਼ਹਾਲੀ ਹੈ ਜਿਹੜੀ ਚਿੰਤਾ ਰਹਿਤ ਵਾਲੀ ਖੁਸ਼ਹਾਲੀ ਹੈ ਉਹ ਜਲਦੀ ਆ ਜਾਣੇ ਤੁਸੀਂ ਦੇਖੋਗੇ ਦਿਨਾਂ ਦੇ ਵਿੱਚ ਹੀ ਨਹੀਂ ਜਾਊਗਾ ਬਿਲਕੁਲ ਉਹ ਦਿਨ ਨੀ ਰਹੇ ਇਹ ਦਿਨ ਵੀ ਨੀ ਰਹਿਣਗੇ ਤੇ ਬਿਲਕੁਲ ਦੋਸਤੋ ਸਾਰੇ ਚਿੰਤਾ ਰਹਿਤ ਹੋ ਜਾਓ ਤੇ ਅੱਜ ਸਾਡੇ ਸਰੋਤਿਆਂ ਵਾਸਤੇ ਕੀ ਲੈ ਕੇ ਆਇਓ ਜੀ ਭਾਜੀ ਅੱਜ ਪਹਿਲਾਂ ਤਾਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਪਟਨਾਗਰ ਤੇ ਜੀਐਨਡੀ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ ਅੱਜ ਭਾਜੀ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਪਹਿਲਾਂ ਆਪਣੇ ਭੈਣ ਭਰਾਵਾਂ ਵਾਸਤੇ ਜਿਨ੍ਹਾਂ ਦੀ ਲਾਸਟ ਦੇ ਵਿੱਚ ਜਾ ਕੇ ਮੌਰਗੇਜ ਕਲੋਜ਼ ਹੋ ਰਹੀਆਂ ਨੇ ਭਾਈ ਦੇਖੋ ਕਾਫੀ ਜ਼ਿਆਦਾ ਸਟ੍ਰੈਸਫੁਲ ਸਿਚੁਏਸ਼ਨ ਹੋ ਜਾਂਦੀ ਹੈ ਜਿੱਥੇ ਭੈਣ ਭਰਾਵਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਬਈ ਉਹਨਾਂ ਨੂੰ ਲਾਸਟ ਮਿੰਟ ਦੇ ਵਿੱਚ ਜਾ ਕੇ ਜਾਂ ਤਾਂ ਉਹਨਾਂ ਦੀ ਮੌਰਗੇਜ ਨਹੀਂ ਹੁੰਦੀ ਤੇ ਉਹਨਾਂ ਨੂੰ ਫਿਰ ਐਕਸਟਰਾ ਪੈਸੇ ਪੈਂਦੇ ਆ ਜਾਂ ਉਹ ਹਜੇ ਵੀ ਡਾਕੂਮੈਂਟ ਇਕੱਠੀ ਕਰੀ ਜਾ ਰਹੇ ਹੈਗੇ ਆ ਐਂਡ ਉਹਨਾਂ ਕੋਈ ਕਮਿਟਮੈਂਟ ਨਹੀਂ ਆਉਂਦੀ ਐਂਡ ਉਹ ਵੇਟ ਕਰੀ ਜਾਂਦੇ ਹੈਗੇ ਆ ਜਿਸ ਕਰਕੇ ਉਹਨਾਂ ਨੂੰ ਲਾਸਟ ਮਿੰਟ ਦੇ ਵਿੱਚ ਫਿਰ ਸਰਪ੍ਰਾਈਜ਼ ਮਿਲ ਜਾਂਦੇ ਆ ਜੀ ਆਹ ਚੀਜ਼ਾਂ ਨੂੰ ਜੇ ਤੁਸੀਂ ਧਿਆਨ ਨਾਲ ਸੁਣੋ ਤਾਂ ਫਿਰ ਜ਼ਿੰਮੇਵਾਰੀ ਤਾਂ ਇਹ ਤੁਹਾਡੀ ਹੁੰਦੀ ਹੈ ਕਿਉਂਕਿ ਤੁਸੀਂ ਆਪਣੀ ਮੌਰਗੇਜ ਖੁਦ ਕਰਾਉਣੀ ਹੈ ਭਾਵੇਂ ਉਹ ਪ੍ਰੀ ਕੰਸਟਰਕਸ਼ਨ ਹੋਵੇ ਜਾਂ ਰੀਸੇਲ ਹੋਵੇ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਦੇਖੋ ਦੋ ਚੀਜ਼ ਦੇ ਧਿਆਨ ਦੇਣ ਦੀ ਲੋੜ ਹੈਗੀ ਹੈ ਜੇ ਤੁਹਾਨੂੰ ਕਮਿਟਮੈਂਟ ਨਹੀਂ ਆਈ ਹੈ ਟਾਈਮ ਤੁਹਾਡੇ ਕੋਲ ਘੱਟ ਰਹਿ ਗਿਆ ਹੈਗਾ ਸਪੈਸੀਫਿਕਲੀ ਗੱਲ ਕੀਤੀ ਜਾਵੇ ਤਾਂ ਲੈਟਸ ਸੇ ਅਗਰ ਮੰਡੇ ਨੂੰ ਤੁਹਾਡੀ ਕਲੋਜ਼ਿੰਗ ਹੈਗੀ ਆ ਤਾਂ ਤੁਹਾਡੇ ਕੋਲ ਸਾਰੇ ਪੇਪਰ ਵਰਕ ਇੰਸਟਰਕਸ਼ਨ ਜਿਹੜੇ ਹੈਗੇ ਆ ਲੋਅਰ ਕੋਲ ਚਲੇ ਜਾਣੇ ਚਾਹੀਦੇ ਹੈਗੇ ਆ ਜੀ ਜੇ ਆਹ ਚੀਜ਼ਾਂ ਨਹੀਂ ਹੈਗੀਆਂ ਤਾਂ ਯੂ ਹੈਵ ਟੂ ਵਰੀ ਰੀਜ਼ਨ ਫੋਰ ਵਰੀ ਕਿਉਂ ਕਿਉਂਕਿ ਤੁਸੀਂ 31 ਤਾਰੀਖ ਨੂੰ ਕੀ ਕਰੋਗੇ ਜਦ ਫੰਡਿੰਗ ਨਹੀਂ ਹੋ ਪਾਏਗੀ ਇਸ ਲਈ ਤੁਹਾਨੂੰ ਕਹਿ ਰਹੇ ਹੈਗੇ ਆ ਜੇ ਇੱਦਾਂ ਦੀ ਕਿਸੇ ਨੂੰ ਸਿਚੁਏਸ਼ਨ ਆ ਰਹੀ ਹੈ ਤੁਹਾਡੀ ਜਿਹੜੀ ਹੈਗੀ ਆ ਰੈਸ਼ ਅਪਰੇਜ਼ਲ ਕਰਵਾ ਕੇ ਵੀ ਨੋ ਇਨਕਮ ਤੇ ਪੂਰੀ ਫਾਈਨੈਂਸਿੰਗ ਕਰਾ ਕੇ ਦਿੱਤੀ ਜਾਂਦੀ ਹੈ ਜੇ ਤੁਹਾਡੀ ਕਲੋਜ਼ਿੰਗ ਆਲਰੇਡੀ ਲੇਟ ਹੋ ਗਈ ਆ ਜਿੱਥੇ ਤੁਸੀਂ ਪਹਿਲਾਂ ਵੀਕ ਜਾਂ 2 ਵੀਕ ਪਹਿਲਾਂ ਕਲੋਜ਼ ਕਰਨਾ ਸੀ ਤੁਸੀਂ ਐਕਸਟੈਂਸ਼ਨ ਪਾਈ ਹੋਈ ਆ ਪਰ ਡੇ ਦੇ ਹਿਸਾਬ ਨਾਲ ਪੈਸੇ ਦੇ ਰਹੇ ਹੋ ਤਾਂ ਵੀ ਤੁਹਾਨੂੰ ਰਿਕਮੈਂਡ ਕਰਦੇ ਆ ਜੇ ਹਜੇ ਵੀ ਤੁਹਾਨੂੰ ਕੋਈ ਜਵਾਬ ਨਹੀਂ ਆ ਰਿਹਾ ਹੈਗਾ ਤੁਸੀਂ ਸਾਡੇ ਨਾਲ ਗੱਲ ਕਰ ਲਓ ਆਪਣੇ ਪੈਸੇ ਬਚਾਓ ਐਂਡ ਆਪਣੀ ਕਲੋਜ਼ਿੰਗ ਜਿਹੜੀ ਹੈਗੀ ਹੈ ਜਿੰਨੀ ਛੇਤੀ ਹੋ ਸਕੇ ਉਹ ਕਰਾਓ ਅਸੀਂ ਵਿਦ ਇਨ 24 ਆਵਰ ਦੇ ਵਿੱਚ ਭਾਈ ਪੂਰੀ ਕਲੋਜ਼ਿੰਗ ਕਰਵਾਉਂਦੇ ਆ ਐਂਡ ਬਸ ਜ਼ਿੰਮੇਵਾਰੀ ਆ ਹੁੰਦੀ ਆ ਕਲਾਇੰਟ ਦੀ ਕਿ ਉਹ ਸਾਨੂੰ ਜਿਹੜੇ ਹੈਗੇ ਆ ਡਾਕੂਮੈਂਟ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਉਹ ਸਾਨੂੰ ਪ੍ਰੋਵਾਈਡ ਕਰ ਦੇਣ ਆਪਾਂ ਜਿਹੜਾ ਹੈਗਾ ਲੈਂਡਰ ਨਾਲ ਗੱਲ ਕਰਕੇ ਰੈਸ਼ ਅਪਰੇਜ਼ਲ ਜਾਂ ਤਾਂ ਉਹਦੇ ਵਿੱਚ ਵੀ ਐਕਸੈਪਸ਼ਨ ਕਰਵਾ ਕੇ ਤੁਹਾਡੀ ਜਿਹੜੀ ਹੈਗੀ ਆ ਫੰਡਿੰਗ ਕਰਵਾਉਂਦੇ ਆ ਜਿਸ ਕਰਕੇ ਤੁਹਾਡੇ ਪਰ ਡੇ ਦੇ ਜਿਹੜੇ ਪੈਸੇ ਪੈ ਰਹੇ ਆ ਤੁਹਾਨੂੰ ਉਹ ਬਚਣ ਉਹ ਜਿਹੜਾ ਹੈਗਾ ਬਚਾਇਆ ਜਾ ਸਕੇ ਜਾਂ ਲੀਗਲ ਲਿਟੀਗੇਸ਼ਨ ਜਿਹੜੀ ਹੈਗੀ ਆ ਉਹ ਤੁਹਾਡਾ ਜਿਹੜਾ ਹੈਗਾ ਕੇਸ ਬਚਾਇਆ ਜਾ ਸਕੇ ਜੇ ਕੋਈ ਵੀ ਭੈਣ ਭਰਾ ਨੇ ਮੇਰੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਆ ਟੈਲੀਫੋਨ ਦੀ ਕੋਈ ਲੋੜ ਨਹੀਂ ਹੈਗੀ ਆ ਬਸ ਪ੍ਰੋਫੈਸ਼ਨਲ ਐਡਵਾਈਸ ਦੇਣ ਦੀ ਲੋੜ ਹੈਗੀ ਆ ਟਾਈਮ ਤੇ ਲੈ ਲਓਗੇ ਤਾਂ ਤੁਹਾਡੇ ਲਈ ਵਧੀਆ ਹੋਏਗਾ ਲੇਟ ਨਾ ਕਰੋ ਜਿਸ ਕਰਕੇ ਤੁਹਾਨੂੰ ਬਾਅਦ ਦੇ ਵਿੱਚ ਪ੍ਰੋਬਲਮ ਨਾ ਆਵੇ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਆ ਨੰਬਰ ਆਪਣਾ 1 ਹੈ ਜੀ 647-702-2023 647-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੇ ਕੋਈ ਭੈਣ ਭਰਾ ਜਿਹੜਾ ਆਪਣਾ ਜੁਲਾਈ ਸਪੈਸ਼ਲ ਹੈਗਾ ਉਹਦਾ ਐਡਵਾਂਟੇਜ ਕੋਈ ਚੱਕਣਾ ਚਾਹੁੰਦਾ ਹੈਗਾ ਕਿਉਂਕਿ ਜੁਲਾਈ ਸਪੈਸ਼ਲ ਆਪਾਂ ਐਕਸਕਲੂਸਿਵ ਲੈ ਕੇ ਆਏ ਗਿਆ ਵਿਚ ਫਾਈਨੈਂਸਿੰਗ ਫਾਰ ਪ੍ਰੋਪਰਟੀ ਤੇ ਜਿੱਥੇ ਅਸੀਂ ਤੁਹਾਨੂੰ ਐਜ ਲੋਵੈਸਟ 20
$20,000 down ਤੇ ਤੁਹਾਡੀ ਪੂਰੀ ਫਾਈਨੈਂਸ਼ੀਅਲ ਕਰਾ ਕੇ ਦੇ ਰਹੇ ਹੈਗੇ ਆ ਅਪ ਟੂ 800,000 ਤੱਕ ਵੀ। ਦੇਖੋ ਭਾਈ ਬਹੁਤ ਵਧੀਆ ਤੁਹਾਨੂੰ ਜੁਲਾਈ ਸਪੈਸ਼ਲ ਲੈ ਕੇ ਆਏ ਹੈਗੇ ਆ ਜਿੱਥੇ ਫਲਿਪਿੰਗ ਵਾਸਤੇ ਜਿਹੜੇ ਭੈਣ ਭਰਾ ਆ ਰਹੇ ਨੇ ਉਹਨਾਂ ਲਈ ਇੱਕ ਗੋਲਡਨ ਅਪਰਚੁਨਿਟੀ ਹੈਗੀ ਆ ਕਿ ਤੁਹਾਨੂੰ ਵੱਡੇ ਅਮਾਊਂਟ ਦੀ ਡਾਊਨ ਪੇਮੈਂਟ ਹੁਣ ਕਰਨ ਦੀ ਕੋਈ ਲੋੜ ਨਹੀਂ ਹੈਗੀ ਆ ਤੁਹਾਨੂੰ ਐਜ਼ ਲੋ ਐਜ਼ $20,000 ਡਾਊਨ ਤੇ ਤੁਹਾਡੀ ਪੂਰੀ ਫਾਈਨੈਂਸਿੰਗ ਅਸੀਂ ਕਰਾ ਸਕਦੇ ਹਾਂ ਜੀ। ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਹਾਂ ਔਨ ਟਾਈਮ ਤੁਹਾਡੀ ਕਲੋਜ਼ਿੰਗ ਹੋ ਸਕਦੀ ਆ ਜੇ ਤੁਹਾਡੇ ਕੋਲ ਮਲਟੀਪਲ ਪ੍ਰਾਪਰਟੀ ਨਹੀਂ ਹੈਗੀਆਂ ਤਾਂ ਵੀ ਫਾਈਨੈਂਸਿੰਗ ਕਰਾ ਸਕਦੇ ਹਾਂ। ਸਭ ਤੋਂ ਵੱਡੀ ਗੱਲ ਇੰਟਰਸਟ ਰੇਟ ਉਹ ਆਪਾਂ ਐਕਸਕਲੂਸਿਵ ਦੇ ਰਹੇ ਹੈਗੇ ਆ 1.45% ਪਰ ਮੰਥ ਦੇ ਹਿਸਾਬ ਨਾਲ ਐਂਡ ਹਾਈਲੀ ਰਿਕਮੈਂਡ ਕਰਦੇ ਕਿ ਕੋਈ ਵੀ ਪ੍ਰਾਪਰਟੀ ਲੈਣ ਤੋਂ ਪਹਿਲਾਂ ਤੁਸੀਂ ਆਪਣੀ ਪ੍ਰੀ ਅਪਰੂਵਲ ਜ਼ਰੂਰ ਕਰਾਓ। ਬਿਨਾਂ ਪ੍ਰੀ ਅਪਰੂਵਲ ਦੇ ਕੋਈ ਆਫਰ ਨਾ ਪਾਓ। ਜੇ ਕੋਈ ਵੀ ਭੈਣ ਭਰਾ ਨੇ ਮੇਰੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਆ ਇਹਦੇ ਬਾਰੇ ਜਾਂ ਹੋਰ ਕਿਸੇ ਪ੍ਰਕਾਰ ਦੀ ਮੌਰਗੇਜ ਜਾਂ ਫਾਈਨੈਂਸਿੰਗ ਬਾਰੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਜੇ ਤੁਸੀਂ ਕੋਈ ਵੀ ਪ੍ਰਕਾਰ ਦੀ ਰੀਫਾਈਨੈਂਸਿੰਗ ਕਰਾਉਣੀ ਆ ਲਾਈਨ ਆਫ ਕ੍ਰੈਡਿਟ ਲੈਣੀ ਆ ਜਾਂ ਕੋਈ ਵੀ ਕਮਰਸ਼ੀਅਲ ਫਾਈਨੈਂਸਿੰਗ ਕਰਾਉਣੀ ਆ ਕਮਰਸ਼ੀਅਲ ਰੀਫਾਈਨੈਂਸਿੰਗ ਕਰਾਉਣੀ ਆ ਜਾਂ ਇੰਡਸਟਰੀਅਲ ਫਾਈਨੈਂਸਿੰਗ ਕਰਾਉਣੀ ਆ ਜਾਂ ਮਲਟੀ ਮਲਟੀ ਯੂਨਿਟ ਜਿਹੜੀ ਹੈਗੀ ਆ ਫਾਈਨੈਂਸ ਕਮਰਸ਼ੀਅਲ ਫਾਈਨੈਂਸਿੰਗ ਕਰਾਉਣੀ ਆ ਉਹ ਵੀ ਸੀਐਮਐਚਸੀ ਅਪਰੂਵ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਸਾਡਾ ਆਫਿਸ 7 ਦਿਨ ਖੁੱਲਿਆ ਹੈਗਾ ਆਵਰਸ ਹੈਗੇ ਮੰਡੇ ਟੂ ਫਰਾਈਡੇ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਸੈਚਰਡੇ ਨੂੰ 9 ਤੋਂ 6 ਸੰਡੇ ਨੂੰ 11 ਤੋਂ 4 ਐਂਡ ਤੁਹਾਨੂੰ ਸਿਗਨਲ ਸਰਵਿਸ ਜਿਹੜੀ ਮੀਟਰ ਦੇ ਵਿੱਚ ਮਿਲਦੀ ਆ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ। ਸਾਰੀ ਗੱਲਬਾਤ ਇੱਕੋ ਇੱਕ ਨੰਬਰ ਤੇ ਜੀ 647-702-2023 ਤੇ ਜੇ ਤੁਹਾਡਾ ਫੋਨ ਨਾ ਚੱਕ ਪਈਏ ਤਾਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਭੇਜ ਦਿਓ ਵਿਦ ਇਨ 2 ਆਵਰ ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ ਤੇ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਸਾਰੀ ਗੱਲਬਾਤ ਇੱਕੋ ਇੱਕ ਨੰਬਰ ਤੇ ਜੀ 647-702-2023 ਤੇ ਹੁਣੇ ਕਾਲ ਲਾ ਲਓ ਅਪਾਇੰਟਮੈਂਟ ਬੁੱਕ ਕਰਾ ਕੇ ਕੱਲ ਨੂੰ ਜਾ ਕੇ ਮਿਲੋ। ਥੈਂਕ ਯੂ ਸੋ ਮਚ ਭਾਜੀ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ। ਬੈਕ ਟੂ ਸਟੂਡੀਓ ਤੇ ਚੱਲਦੇ ਹਾਂ ਅਗਲੀਆਂ ਕਾਲਾਂ ਵੱਲ ਨੂੰ। ਹਾਂਜੀ ਹਰਦੀਪ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਕਦੇ ਕਿਸੇ ਦਾ ਮਾੜਾ ਕਰਿਆ ਨੀ ਤੇ ਕਦੇ ਤੁਹਾਡਾ ਮਾੜਾ ਹੋਣਾ ਵੀ ਨੀ ਹੈਗਾ। ਸਾਰੀਆਂ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਮਿਲ ਰਹੀਆਂ ਨੇ ਤੇ ਬਾਕੀ ਹੋਰ ਮੈਂ ਡੀਪਲੀ ਜਾ ਕੇ ਚੈੱਕ ਕਰਾਂ। ਠੀਕ ਹੈ, ਬਹੁਤ ਅੱਛਾ ਹੈ। ਕੋਈ ਸਪੈਸ਼ਲ ਕੁਐਸਚਨ ਹੋਵੇ ਦੱਸੋ, ਬਹੁਤ ਓਨੈਸਟ ਹੋ, ਬਹੁਤ ਰਿਲਾਇਬਲ ਹੋ, ਬੜੇ ਪਿਆਰ ਨਾਲ ਬੋਲਦੇ ਹੋ ਸਾਰਿਆਂ ਨਾਲ, ਦੱਸੋ ਹੋਰ ਕੀ ਚਾਹੀਦਾ। ਬਹੁਤ ਅੱਛਾ, ਲੋਕਾਂ ਦੀ ਬਹੁਤ ਹੈਲਪ ਕਰਦੇ ਹੋ। ਹੈ ਜੀ, ਕੋਈ ਗੱਲ ਨੀ, ਠੀਕ ਹੈ, ਵਧੀਆ ਚੀਜ਼ ਹੈ ਤੇ ਇਹਨਾਂ ਚੀਜ਼ਾਂ ਕਰਕੇ ਹੀ ਰੱਬ ਨੇ ਤੁਹਾਨੂੰ ਬਹੁਤ ਵਧੀਆ ਰੱਖਿਆ ਹੋਇਆ। ਬਹੁਤ ਅੱਛਾ ਚੱਲ ਰਿਹਾ ਤੁਹਾਡਾ, ਕਰੀਅਰ ਪਾਥ ਵੀ ਅੱਛਾ ਚੱਲ ਰਿਹਾ, ਸਭ ਕੁਝ ਅੱਛਾ ਚੱਲ ਰਿਹਾ, ਕੋਈ ਐਸੀ ਚੀਜ਼ ਨੀ, ਲੱਕ ਬਹੁਤ ਅੱਛਾ ਤੁਹਾਡਾ। ਤੇ ਨਾ ਕੋਈ ਸਪੈਸ਼ਲ ਕੁਐਸਚਨ ਹੈ ਮੈਨੂੰ ਪੁੱਛੋ, ਕਿਉਂਕਿ ਬਾਕੀ ਆਲ ਗੁੱਡ ਹੈ। ਬਸ ਠੀਕ ਹੈ, ਚਿੰਤਾ ਰਹਿਤ ਰਹੋ, ਵਧੀਆ ਫਰੈਂਕ ਐਟੀਟਿਊਡ ਹੈ, ਸਟ੍ਰੇਟ ਫਾਰਵਰਡ ਹੈਗੇ ਹੋ, ਬਸ ਆਲ ਗੁੱਡ, ਚਿੰਤਾ ਨਹੀਂ ਕਰਨੀ। ਥੈਂਕ ਯੂ। ਬਿਲਕੁਲ, ਇਸ ਜੋ ਅੱਜ ਮੈਂ ਹੁਣ ਭਾਜੀ ਦਾ ਪੜ੍ਹ ਕੇ ਹਟਿਆ, ਇਹ ਬਹੁਤ ਹੀ ਘੱਟ ਇਸ ਤਰੀਕੇ ਦੇ ਮੈਨੂੰ ਭੈਣ ਭਰਾ ਮਿਲਦੇ ਨੇ ਜਿਹੜੇ 100% ਸੰਸੀਅਰਿਟੀ ਦੇ ਮਾਲਕ ਹੁੰਦੇ ਨੇ। ਬਹੁਤ ਕਮਾਲ ਦੀ ਗੱਲਬਾਤ। ਅਗਲੀ ਕਾਲ ਨੂੰ ਚੱਲਦੇ ਹਾਂ। 1685, ਸਤਿ ਸ਼੍ਰੀ ਅਕਾਲ ਜੀ। 1685 ਸ਼ਾਇਦ ਕਾਲ, ਹੁਣ ਸ਼ਾਇਦ ਕਾਲ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ। ਇੱਕ ਮਿੰਟ ਮੈਂ ਤੁਹਾਨੂੰ ਗਾਣਾ ਸੁਣਾਉਣਾ ਤੇ ਤਦ ਤੱਕ ਲਈ ਮੈਂ ਕਾਲ ਸੈੱਟ ਕਰਨਾ।
जी चलते हैं अगली कॉल वाल। हां जी जगपाल जी सतिकाल। हेलो सतिकाल जी, मैं रचना बोल रही हूं। जी रचना जी, जी 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 जी, नो प्रॉब्लम जी। की हाल है तुम्हारा? मेरा बहुत बढ़िया, तुसी सुनाओ। बहुत बढ़िया जी जी। हां जी सर, मेरा बर्थडे है जून 30th 1985। ते तुम्हारा नाम तुसी रचना दसया जी? हां जी रचना। ठीक है, बहुत हार्ड वर्किंग हो तुसी ता। हां जी बहुत मेहनत करदे हो, ते फिर भी बहुत लोग कहंदे ने कुछ नहीं करदे हैं जी। कहंदे ने कहंदे आ कोई गल नहीं, आपां लोकां दी गल नहीं सुननी, आपां जिवें हैगे आपां उवें बणे रहना। ते ठीक चल रहा है कोई? मैं वैसे डीपली लेवल ते सोचदे किन्ना को बहुत सोचदे हो? कभी नहीं सोचती लगे ज्यादा या सोचो जरूर, नेगेटिव ना सोचो। हां जी ठीक है, नेगेटिव नहीं सोचना, चलदे रहो। सारे चीजां समय दे हिसाब नाल मिलदियां भी रहियां ने, कोई ऐसी चीज तां नहीं हैगी मैनूं लगदा जिहड़ी तुसीं सोची होवे तुहानूं ना मिली होवे। सही आ, है ना? ते तुहानूं मिलदियां भी हैगियां ने सारियां चीजां। कई बार बहुत गल्लां दिल ते ला लैंदे हो, ठीक है, दिल ते नहीं लाउणियां, उस परमात्मा च विश्वास रखो। ठीक है, समय दे हिसाब नाल बस थोड़ा जिहा ना काम करो। एक वर्ड नहीं मेरे दिमाग च आ रहा, थोड़ा जिहा चिंता दे विच ना ज्यादा चिंता च चले जाने, जे हुण सोचण लगे हो ते कल नूं परसों नूं तद तक उह गल याद ही रहूगी थोड़े, उहनूं छड्डदे नहीं हैगे, गल नूं छड्डदिया करो गल नूं, क्योंकि गल्लां बहुत होंदियां ने जिंदगी। जे तुसीं हर गल नूं एवें कैरी करके रखोगे ना ਤਾਂ ਫਿਰ ਬਹੁਤ ਔਖਾ ਹੈ, ਫਿਰ ਤੁਸੀਂ ਪਰੇਸ਼ਾਨ ਹੋ ਜਾਓਗੇ। ਜਿਵੇਂ ਏਜ ਵੱਧਦੀ ਰਹੂਗੀ ਫਿਰ ਉਹ ਤੁਹਾਡੇ ਹੈਲਥ ਤੇ ਇਫੈਕਟ ਪਾਊਗਾ। ਠੀਕ ਹੈ ਨਾ, ਨੈਗੇਟਿਵਿਟੀ ਨਹੀਂ ਕਰਨੀ ਹੈਗੀ, ਸਭ ਚੀਜ਼ਾਂ ਪਰਮਾਤਮਾ ਦੇ ਰਿਹਾ ਸਮੇਂ ਦੇ ਹਿਸਾਬ ਨਾਲ। ਜੇ ਕੋਈ ਕੰਮ ਚ ਹੈਗੇ ਹੋ ਤਾਂ ਉਹਦੇ ਸਟੇਬਿਲਿਟੀ ਕਰਨੀ ਹੈ, ਰੁਕਣਾ, ਭੱਜ ਦੌੜ ਨਹੀਂ ਕਰਨੀ। ਭੱਜ ਦੌੜ ਦਾ ਮਤਲਬ ਵੀ ਅੱਜ ਫੜ ਲਿਆ ਕੱਲ ਨੂੰ ਕਹੋ ਯਾਰ ਅੱਜ ਨਹੀਂ ਚੱਲ ਰਿਹਾ ਕੰਮ, ਮੈਂ ਹੁਣ ਅਗਲਾ ਕਰ ਲਾਂ, ਉਹ ਕੰਮ ਨਹੀਂ ਕਰਨਾ। ਠੀਕ ਹੈ, ਸਟੇਬਿਲਿਟੀ ਬਣਾਉਣੀ ਹੈ, ਵਿਸ਼ਵਾਸ ਰੱਖੋ ਉਸ ਪਰਮਾਤਮਾ ਦੇ ਵਿੱਚ, ਸਭ ਓਕੇ ਹੈ। ठीक है, रात नूं फोन तो दूर होके सोया करो। ठीक है, बाकी ऑल गुड, चिंता नहीं करना। थैंक यू थैंक यू थैंक यू। अगली कॉल वाल भी चलते हैं। हां जी नंदनी जी, सत श्री अकाल। मैं बहुत वधिया, तुसी सुनाओ। मैं भी गुड जी। अच्छा, मुझे ना अपने भाई के बारे में पूछना था। जी जी पूछिए। उनकी जो बर्थ है October 10th 1988, नाम है प्रणव। ठीक है, प्रणव साहब मैंने सुन रहे ने, नहीं सुन रहे? हाँ जी हाँ जी। चलो ठीक है, ड्राइविंग करता। ठीक है, उन्होंने मेरी सत श्री अकाल। ते प्रणव साहब, चीजा थोड़े हिसाब नाल नहीं चलनगियां, मेरे जो सुन रहे हो तुसी, चीजा मैं जो कह रहा थोड़े हिसाब नाल नहीं चलनगियां, मतलब चीजा नूं आपदे हिसाब नाल मोड़न की कोशिश नहीं करनी। बाकी सब चीजा जिवें तुसी आपदी हार्ड वर्क कर रहे हो, तुसी बहुत मेहनती हो, ठीक है, पहली गल मैं थोनू दसदा। बाकी थोनू मैं दसदा बहुत कमाल दे बंदे भी हो, पर कदे कदे थोनू लगदा जेहड़े थोड़े इर्द गिर्द घूम रहे ने ना भी वह थोड़े हिसाब नाल चलन, वह थोड़ा जिहा औखा है। ठीक है, वह थोड़ा जिहा औखा है, वह ते कम करना है, वह चीज दे उत्ते कम करना है, भी आपां किसे नूं नहीं घमाउणा ना किसे ते कम करना है, सिर्फ आपदे उत्ते कम करना है। ठीक है, ज्यादा सोचना नहीं हैगा। ठीक है, सुन रहे ने ना मैनूं जी? नंदनी जी हां जी हां जी। ठीक है, तुसीं हां जी हां जी करदे रहो, फिर उहनूं पता लगदा रहिंदा। ठीक है, ते बाकी ठीक हैगा, बस दिमाग बहुत तेज दिता रब ने, कोई भी चीज कोई भी वड्डे लैवल ते अचीव कर सकते हो, हर चीज नूं दिमाग रब ने जिस तरीके दा तुहानूं दिता है, वड्डियां वड्डियां अचीवमेंट तुसीं ने हासिल भी कीतियां होणगियां हुण तक, बहुत प्यारा तुहाडा दिल है, बहुत तुहाडे दोस्त ने, बहुत प्यारे बंदे हो, बस थोड़ी जिही एक दो जो नैगेटिविटियां ने ओवर सोचण वालियां चीजां नूं आपदे हिसाब नाल चलाउण वालियां, इह बंद कर दो, सब नूं सब दो, आपदे हाल ते छड्ड दो। ठीक है ना, क्योंकि फिर जदों दूजा तों नहीं ओह चीज मिलदी ना फिर बंदा फील करदा। हां ਬਾਕੀ ਉਹ ਗੋਡਾ ਚਿੰਤਾ ਨਾ ਕਰੋ ਇਹਨਾਂ ਵਾਸਤੇ। ਹਾਂਜੀ ਤੁਸੀਂ ਵੀ ਪੁੱਛੋ। ਨੰਦਨੀ ਜੀ 91 ਈਅਰ ਦੱਸਿਆ ਤੁਸੀਂ ਨੇ, ਮੰਥ ਕਿਹੜਾ ਦੱਸਿਆ? ਜੂਨ 25th ਜੂਨ। ਠੀਕ ਹੈ, ਤੁਹਾਡਾ ਵੀ ਠੀਕ ਹੈ, ਤੁਸੀਂ ਇੱਕ ਤਾਂ ਗੁੱਸਾ ਘੱਟ ਕਰਿਆ ਕਰੋ। ਠੀਕ ਹੈ ਠੀਕ ਹੈ, ਸੋਰੀ ਦੁਬਾਰਾ ਮੈਨੂੰ ਈਅਰ ਤੁਹਾਡਾ ਦੁਬਾਰਾ ਦੱਸਿਓ। 1991। ठीक है, एक तो गुस्सा नहीं करना, एक बहुत अच्छा थोड़ा भी बहुत अच्छा है, कोई ऐसी गल नहीं है कि दिल बहुत साफ है थोड़ा, बहुत रिस्पॉन्सिबल हो, हर चीज दे विच स्मार्ट हो, थोनू पता है, तुसीं चीजां नूं प्लान करके चलदे हो। ठीक है ना, बहुत थोड़े ते विश्वास किया जा सकता है, अजकल बहुत घट लोग ने जिन्हां ते विश्वास किया जा सकता है, थोड़े ते विश्वास किया जा सकता है। ठीक है, समय दे हिसाब नाल तुसीं जिंदगी दे विच करियर दे विच भी आपदे लैके गए हो, स्टैप बाय स्टैप तुसीं चले हो। ਠੀਕ ਹੈ, ਤੇ ਜਿਵੇਂ ਜਿਵੇਂ ਸਮਾਂ ਆਉਂਦਾ ਰਿਹਾ ਤੁਹਾਨੂੰ ਐਪਰੀਸ਼ੀਏਸ਼ਨ ਵੀ ਮਿਲਦੀ ਰਹੀ ਹੈ ਤੁਹਾਡੇ ਐਕਸਪੀਰੀਅੰਸ ਤੋਂ, ਤੇ ਤੁਸੀਂ ਪ੍ਰਮੋਸ਼ਨਾਂ ਵੀ ਲੈਂਦੇ ਰਹੋ ਜੀ। ਠੀਕ ਹੈ ਰਹੇ।
जी बाकी थोड़ा जे मैं कहा पैसे वजो भी ठीक हो तुसी थोड़ा लक बहुत अच्छा पैसे दे विच ठीक है ते ठीक है कोई ऐसी गल नहीं कोई स्पेशल क्वेश्चन है मैनू पूछ सकदे हो ऑल गुड है थैंक यू जी थैंक यू रंजनी जी ध्यान रखो अपना जी जी बिल्कुल दोस्तों 905-600-7373 ਦੇ ਉੱਤੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਗੱਲਾਂ ਬਾਤਾਂ ਤੁਹਾਡੇ ਡੇਟ ਆਫ ਬਰਥ ਨੂੰ ਲੈ ਕੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਤੁਸੀਂ ਮੈਨੂੰ ਆਪਣਾ ਡੇਟ ਆਫ ਬਰਥ 905-600-7373 ਤੇ ਦੱਸਣਾ ਹੈਗਾ ਤੇ ਤੁਹਾਨੂੰ ਦੋ ਬੋਲ ਗਾਣੇ ਤੇ ਸੁਣਾ ਦਈਏ ਬੰਬੀਹਾ ਬੋਲੇ ਪਰਮਜੀਤ ਕੌਰ ਜੀ ਵੱਲੋਂ ਤੇ ਉਹ ਤੋਂ ਪਹਿਲਾਂ ਇੱਕ ਨੰਬਰ ਉਹਦਾ ਨੰਬਰ ਵੀ ਤੁਹਾਨੂੰ ਮੈਂ ਦੇ ਦਾਂ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਲੈਣਾ ਹੈਗਾ ਤੇ ਤੁਸੀਂ ਕਨੈਕਟ ਕਰੋ ਫ੍ਰੀ ਵੇ ਕੰਪਨੀ ਨਾਲ ਕਨੈਕਟ ਕੀਤਾ ਜਾ ਸਕਦਾ ਹੈ ਜੇ ਤੁਸੀਂ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਲੈਣਾ ਟਰੱਕ ਡਰਾਈਵਰੀ ਦਾ ਲਾਇਸੈਂਸ ਲੈਣਾ ਜਾਂ ਫਿਰ ਫੋਕ ਲਿਫਟ ਦੀ ਟ੍ਰੇਨਿੰਗ ਲੈਣੀ ਹੈ ਤਾਂ ਕਨੈਕਟ ਕਰੋ ਫ੍ਰੀ ਵੇ ਕੰਪਨੀ ਹੈਗੀ ਹੈ ਸਾਜ਼ ਰੇਡੀਓ ਟੋਰਾਂਟੋ ਦਾ ਰੈਫਰੈਂਸ ਦਓਗੇ ਤਾਂ ਬਣਦਾ ਹੋਇਆ ਤੁਹਾਨੂੰ ਡਿਸਕਾਊਂਟ ਵੀ ਦੇਣਗੇ 6472963438-6964294438 ਤੇ ਕਨੈਕਟ ਕੀਤਾ ਜਾ ਸਕਦਾ ਹੈ ਟਿਕਟਾਂ ਲੈਣੀਆਂ ਨੇ ਦੁਆਬਾ ਟੂਰ ਐਂਡ ਟਰੈਵਲ ਨੂੰ ਨਹੀਂ ਭੁੱਲਣਾ ਬਹੁਤ ਕਮਾਲ ਦਾ ਕੰਮ ਹੈ ਸਸਤੀਆਂ ਟਿਕਟਾਂ ਲੈਣੀਆਂ ਨੇ ਵਧੀਆ ਸਰਵਿਸ ਲੈਣੀ ਹੈ ਦੁਆਬਾ ਟੂਰ ਐਂਡ ਟਰੈਵਲ 905-600-7374-1400 905-633-1400 ਤੇ ਕਨੈਕਟ ਕਰੋ ਤੇ ਦੂਜਾ ਤੁਹਾਨੂੰ ਜਿਵੇਂ ਮੈਂ ਪਹਿਲਾਂ ਨੰਬਰ ਦਿੱਤਾ ਕੱਲ ਤੋਂ ਸਾਗ ਖਾਣਾ ਹੈਗਾ ਘਰ ਦਾ ਸਾਗ ਖਾਣਾ ਮੱਕੀ ਦੀ ਰੋਟੀ ਖਾਣੀ ਹੈ ਬਹੁਤ ਕਮਾਲ ਦਾ ਕੰਮ ਹੈ ਬਹੁਤ ਘਰ ਦਾ ਸਾਗ ਮਤਲਬ ਮੈਂ ਇਹ ਚੀਜ਼ ਨੂੰ ਇਹ ਕਹਿ ਸਕਦਾ ਕਿਉਂਕਿ ਸਾਨੂੰ ਚਿੰਤਾ ਹੁੰਦੀ ਹੈ ਜਦੋਂ ਅਸੀਂ ਸੋਚਦੇ ਹਾਂ ਬਾਹਰ ਜਾ ਕੇ ਖਾਵਾਂਗੇ ਕਿਹੋ ਜਿਹਾ ਬਣਿਆ ਹੋਊਗਾ ਇੱਥੇ ਗਰੰਟੀ ਹੈ ਵੀ ਘਰ ਦਾ ਸਾਗ ਸਪੈਸ਼ਲ ਤੇ ਬੱਲੇ ਬੱਲੇ ਵਾਲਾ ਕੰਮ ਜਿਹੜਾ ਮੈਂ ਨੰਬਰ ਦੇਣ ਲੱਗਿਆ ਨੋਟ ਕਰ ਲਓ ਕੱਲ ਤੋਂ ਸ਼ੁਰੂ ਹੋ ਰਿਹਾ ਕੱਲ ਨੂੰ 12 ਵਜੇ ਤੋਂ ਬਾਅਦ ਕਾਲ ਕਰ ਸਕਦੇ ਹੋ ਜਾਂ ਹੁਣ ਵੀ ਕਾਲ ਕਰ ਸਕਦੇ ਹੋ ਆਪਦਾ ਆਰਡਰ ਲਿਖਾ ਦਿਓ ਪਹਿਲੀਆਂ 'ਚ ਤੁਹਾਡਾ ਆਰਡਰ ਤਿਆਰ ਹੋ ਜਾਊਗਾ 2894997726 299-499-7726 ਤੇ ਕਨੈਕਟ ਕੀਤਾ ਜਾ ਸਕਦਾ ਤੇ ਦੋ ਬੋਲ ਸੁਣੋ ਬੰਬੀਹਾ ਬੋਲੇ ਅੱਜ ਕੱਲ੍ਹ ਪੁੱਤ ਪੁੱਤ ਨੇ ਹੋ ਗਏ ਸੱਚੇ
ਬਿਲਕੁਲ ਦੋਸਤੋ ਇੱਕ ਵਾਰ ਦੁਬਾਰਾ ਸਾਡੇ ਸਾਰੇ ਸਰੋਤਿਆਂ ਦਾ ਸਾਜ਼ ਰੇਡੀਓ ਟੋਰਾਂਟੋ ਦੇ ਉੱਤੇ ਸਵਾਗਤ ਹੈਗਾ 905-673-3337 ਦੇ ਉੱਤੇ ਆਪਾਂ ਗੱਲਾਂ ਕਰ ਰਹੇ ਹੈਗੇ ਆ ਤੇ ਨੰਬਰ 905-673-3337 ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ ਇੱਕ ਦੋ ਮਿੰਟਾਂ ਦੇ ਵਿੱਚ ਉਮਰਪ੍ਰੀਤ ਤੇ ਚਾਵਲਾ ਜੀ ਵੀ ਸਾਡੇ ਨਾਲ ਕਨੈਕਟ ਕਰ ਰਹੇ ਨੇ ਤੇ 905-673-3337 ਤੇ ਕੁਝ ਨੰਬਰ ਮੈਂ ਤੁਹਾਨੂੰ ਹੋਰ ਦੇਣਾ ਚਾਹੁੰਦਾ ਹੈਗਾ ਨੰਬਰ ਨੋਟ ਕਰ ਲਓ ਪੈਰਾ ਲੀਗਲ ਦੀ ਟੀਮ ਦਾ ਕੋਈ ਨੋਟਰੀ ਦਾ ਕੰਮ ਹੈਗਾ ਨੋਟਰੀ ਦਾ ਕੋਈ ਕੰਮ ਹੈ ਪੈਰਾ ਲੀਗਲ ਦੀ ਟੀਮ ਦੇ ਨਾਲ ਕਨੈਕਟ ਕੀਤਾ ਜਾ ਸਕਦਾ 647-871-1761-647-871-1761-1761 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਇੱਕ ਮੈਸੇਜ ਟਿੱਕਾ ਕਹਿੰਦੇ ਹੋ ਗਏ ਤੂੰ ਮੇਰੇ ਨਾਲ ਲੜੀ ਨਹੀਂ ਲੜ ਪਏ ਤਾਂ ਕਿਉਂ ਉਹ ਮੈਂ ਚਾਹੁੰਦਾ ਵੀ ਤੂੰ ਮੇਰੇ ਨਾਲ ਲੜੇ ਤਾਂ ਫਿਰ ਮੈਨੂੰ ਰੋਟੀ ਨਾ ਪੁੱਛੇ ਕਿਉਂ ਫਿਰ ਮੈਂ ਜਾਊਂਗਾ ਟਿੱਕਾ ਜੰਕਸ਼ਨ ਮੈਂ ਉੱਥੇ ਇੰਜੋਏ ਕਰੂੰਗਾ ਇੱਕ ਦਿਨ ਵੈਜ ਥਾਲੀ ਤੇ ਦੂਸਰੇ ਦਿਨ ਨਾਨ ਵੈਜ ਥਾਲੀ ਫਿਰ ਵੈਜ ਥਾਲੀ ਤੇ ਫਿਰ ਨਾਨ ਵੈਜ ਥਾਲੀ ਤੇ ਫਿਰ ਮੈਨੂੰ ਵੀ ਨਾਲ ਲੈ ਚੱਲੋ ਜੀ ਹਾਂ ਕਿਉਂਕਿ ਟਿੱਕਾ ਜੰਕਸ਼ਨ ਤੇ ਹੁਣ ਮਿਲੇਗੀ ਵੈਜ ਤੇ ਨਾਨ ਵੈਜ ਥਾਲੀ ਸਿਰਫ 999 ਮੰਡੇ ਟੂ ਫ੍ਰਾਈਡੇ 11 AM to 4 PM ਡਾਈਨਰ ਔਰ ਟੇਕ ਆਊਟ ਕਾਲ 647-429-4040 647-429-4040 ਆਜ पकड़ना मुश्किल नहीं नामुमकिन पर ढिलो वीडियो से जो मर्जी आ लो एबनीजर एट गोल रोड 905-204-13 ते ना jattillovideo.com फॉर कोई सेवा ਬਿਲਕੁਲ ਦੋਸਤੋ ਇੱਕ ਵਾਰ ਦੁਬਾਰਾ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਉਮਰਪ੍ਰੀਤ ਚਾਵਲਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਕਨੈਕਟ ਕਰਦੇ ਹਾਂ ਤੇ ਉਮਰਪ੍ਰੀਤ ਚਾਵਲਾ ਜੀ ਨੂੰ ਤੁਸੀਂ ਸਾਰੇ ਜਾਣੇ ਜਾਣਦੇ ਹੋ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬੱਚਿਆਂ ਵਾਸਤੇ RESP ਸੇਵਿੰਗ ਪਲਾਨ RRSP ਜਾਂ ਸਾਡੇ ਮਾਪੇ ਵਿਜ਼ਟਰ ਵੀਜ਼ਾ ਤੇ ਆਉਂਦੇ ਨੇ ਉਹਨਾਂ ਦੀ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਹੈ ਡਾਇਰੈਕਟ ਉਮਰਪ੍ਰੀਤ ਚਾਵਲਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਡਾਇਰੈਕਟ ਨੰਬਰ ਨੋਟ ਕਰੋ 647-446-1616 ਤੁਸੀਂ ਹੁਣੇ ਵੀ ਇਹਨਾਂ ਨੂੰ ਕਾਲ ਕਰ ਸਕਦੇ ਹੋ ਆ ਜਾਓ ਕਰਦੇ ਹਾਂ ਵੈਲਕਮ ਉਮਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਸ ਵਧੀਆ ਜਿੰਦਗੀ ਥੈਂਕ ਯੂ ਸੋ ਮਚ ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਾਡੇ ਸਰੋਤਿਆਂ ਵਾਸਤੇ ਅੱਜ ਕੀ ਲੈ ਕੇ ਆਏ ਹੋ ਡਿਪਰੈਸ਼ਨ ਹੈ ਸਟ੍ਰੋਕ ਹੈ ਹਾਰਟ ਅਟੈਕ ਹੈ ਸੋ ਪਹਿਲੀ ਗੱਲ ਇਹ ਤੁਹਾਡਾ ਇਰਰਿਸਪੈਕਟਿਵ ਆਫ ਯੋਰ ਸਟੇਟਸ ਤੁਸੀਂ ਕੈਨੇਡਾ ਚ ਨਵੇਂ ਹੈਗੇ ਚਾਹੇ ਤੁਸੀਂ PR ਆਏ ਚਾਹੇ ਤੁਸੀਂ ਅਪਲਾਈ ਸਟੇਟਸ ਤੇ ਹੋ ਵਰਕ ਪਰਮਿਟ ਤੇ ਹੋ ਸਟੂਡੈਂਟ ਹੋ ਹੋਰ ਬੰਦਾ ਤੁਹਾਡੀ ਇੱਥੇ ਕੋਈ ਵੀ ਲਾਇਬਿਲਟੀ ਨਾ ਹੋਏ ਕੋਈ ਵੀ ਲੋਨ ਨਹੀਂ ਹੈਗਾ ਲੇਕਿਨ ਬੈਂਕ ਨੂੰ ਤੁਹਾਡੀ ਰਿਸਪੋਂਸੀਬਿਲਟੀ ਬਹੁਤ ਹੈਗੀਆਂ ਇੱਕ ਬੇਸਿਕ ਵੀ ਕਵਰੇਜ ਨੂੰ ਬਹੁਤ ਜ਼ਿਆਦਾ ਕੋਈ ਸਪੈਂਡ ਕਰਨ ਦੀ ਲੋੜ ਨਹੀਂ ਲਾਈਫ ਜੇ ਤੁਸੀਂ 20 ਸਾਲ ਦੇ ਟਰਮ ਲੈ ਲਓ 2.5 ਲੱਖ ਦੀ ਔਰ ਕ੍ਰਿਟੀਕਲ ਇਲਨੈਸ ਜ਼ਰੂਰ ਐਡ ਕਰੋ 50,000 ਦੀ 20 ਸਾਲ ਦੀ $30 ਪ੍ਰੀਮੀਅਮ ਬਣਦਾ ਡਾਲਰ ਅ ਡੇ ਹੈਗਾ ਸਾਰੇ ਅਫੋਰਡ ਕਰ ਸਕਦੇ ਆ ਕੱਲ ਨੂੰ 2-4 ਸਾਲ ਨੂੰ 5 ਸਾਲ ਨੂੰ ਸਾਰਿਆਂ ਨੇ ਸੈਟ ਹੋ ਜਾਣਾ ਆਪਾਂ ਹੋਗੇ ਸਾਰੇ ਹੀ ਹੋ ਜਾਣਗੇ ਸੋ ਆਪਾਂ ਉਹਦੇ ਚੇਂਜਿਸ ਕਰ ਸਕਦੇ ਹੁੰਦੇ ਆ ਪਲਾਨ ਦੇ ਵਿੱਚ ਅਟਲੀਸਟ ਸਾਡੀ ਕਵਰੇਜ ਹੈਗੀ ਇੰਸ਼ੋਰੇਬਿਲਟੀ ਲੈਸ ਹੋਗੀ ਦੂਜਾ ਹੈਗਾ ਕਿ ਇੰਸ਼ੋਰੈਂਸ ਜਿਹੜਾ ਹੈਗਾ ਇੱਕ ਬਹੁਤ ਵਧੀਆ ਤਰੀਕਾ ਹੈਗਾ ਆਪਣੇ ਰਿਸਕ ਨੂੰ ਟ੍ਰਾਂਸਫਰ ਕਰਨ ਦਾ ਆਪਣੇ ਰਿਸਕ ਨੂੰ ਕਵਰ ਕਰਨ ਦਾ ਸੋ ਕੋਈ ਵੀ ਤੁਹਾਡੀ ਆਊਟਸਟੈਂਡਿੰਗ ਤੁਹਾਡੀ ਕੋਈ ਸ਼ੋਰਟ ਟਰਮ ਲਾਇਬਿਲਟੀ ਹੈਗੀ ਮਤਲਬ ਕੋਈ ਮੋਰਗੇਜ ਹੈ ਚਾਹੇ ਤੁਹਾਡੇ ਪ੍ਰਿੰਸੀਪਲ ਰੈਜ਼ੀਡੈਂਸ ਤੇ ਇਨਵੈਸਟਮੈਂਟ ਪ੍ਰਾਪਰਟੀ ਤੇ ਆਪਾਂ ਪੇਰੈਂਟਸ ਹੈ ਚਾਹੇ ਅੱਥੇ ਤੇ ਬੈਕ ਹੋਮ ਹੈ ਜਾਂ ਬੱਚੇ ਛੋਟੇ ਆ ਉਹਨਾਂ ਦੇ ਇੰਡੀਪੈਂਡੈਂਟ ਹੋਮ ਨੂੰ ਹਜੇ 10-15-20 ਸਾਲ ਹੈਗੇ ਆ ਤਾਂ ਆਪਾਂ ਨੂੰ ਪਤਾ ਕਿ ਉਹਨਾਂ ਨੂੰ ਸਾਡੀ ਲੋੜ ਹੈ ਸਾਡੀ ਇਨਕਮ ਦੀ ਲੋੜ ਹੈ ਤਾਂ ਜ਼ਰੂਰ ਆਪਣੇ ਆਪ ਨੂੰ ਇੰਸ਼ੋਰ ਕਰਕੇ ਰੱਖੋ ਡਿਫਰੈਂਟ ਟਰਮਸ ਨੂੰ ਆਪਾਂ ਇੱਕੋ ਪਲਾਨ ਅੰਦਰ ਕਰ ਸਕਦੇ ਹਾਂ ਫੈਮਿਲੀ ਵੀ ਆਪਾਂ ਪੂਰੀ ਫੈਮਿਲੀ ਦੀ ਕਵਰੇਜ ਲੈਂਦੇ ਹਾਂ ਤਾਂ ਆਪਾਂ ਨੂੰ ਵਧੀਆ ਜਿਹੜਾ ਪੈਕੇਜ ਮਿਲ ਜਾਂਦਾ ਹੁੰਦਾ ਸੋ ਇਹਦੇ ਬਾਰੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ ਤੀਜਾ ਹੈਗਾ ਵੀ ਜੇ ਪਰਮਾਨੈਂਟ ਇੰਸ਼ੋਰੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਹੈਗਾ ਆਪਣੇ ਫਾਈਨਲ ਐਕਸਪੈਂਸਿਸ ਨੂੰ ਕਵਰ ਕਰਨ ਲਈ ਘਰ ਤੁਹਾਡੇ ਪੇਰੈਂਟਸ ਹੈਗੇ ਆ ਕਈ ਵਾਰ ਪੇਰੈਂਟਸ ਚਾਹੁੰਦੇ ਵੀ ਹੁੰਦੇ ਨੇ ਇੰਸ਼ੋਰੈਂਸ ਕਰਵਾਉਣਾ ਲੇਕਿਨ ਬੱਚੇ ਕਹਿੰਦੇ ਆ ਵੀ ਨਹੀਂ ਜੀ ਤੁਹਾਨੂੰ ਲੋੜ ਨਹੀਂ ਬਟ ਮੈਂ ਇਹ ਕਹੂੰਗੀ ਵੀ ਕਿਤੇ ਕੁਛ ਕੋਈ ਨੁਕਸਾਨ ਨਹੀਂ ਹੁੰਦਾ ਇੰਸ਼ੋਰੈਂਸ ਕਰਵਾਉਣ ਦਾ ਚਾਹੇ ਕੋਈ ਹੈਲਥ ਇਸ਼ੂ ਵੀ ਆ ਚੁੱਕਾ ਤਾਂ ਮੈਂ ਜ਼ਰੂਰ ਇੱਕ ਵਾਰ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਜਾਂ ਪਰਮਾਨੈਂਟ ਇੰਸ਼ੋਰੈਂਸ ਇੱਕ ਬਹੁਤ ਵਧੀਆ ਤਰੀਕਾ ਹੁੰਦਾ ਰਿਟਾਇਰਮੈਂਟ ਪਲੈਨਿੰਗ ਦਾ ਜਾਂ ਟੈਕਸ ਫ੍ਰੀ ਸਟੇਜ ਜਨਰੇਟ ਕਰਨ ਦਾ ਬਹੁਤ ਹੁੰਦਾ ਵੀ ਤੁਹਾਡੀ ਲਾਇਬਿਲਟੀ ਕੋਈ ਨਹੀਂ ਹੈਗੀਆਂ
लेकिन अभी यह सोच रहे होंगे कि ओके इन्ना पैसा आपको फैमिली को दे के ही जाना था, आप परमानेंट इंश्योरेंस करते होंगे या कैपिटल गेन टैक्सेस में भी परमानेंट इंश्योरेंस बहुत बढ़िया तरीका है, हस्बैंड वाइफ का आप कंबाइंड जब इंश्योरेंस करते हैं सेकंड डेथ पे पैसे मिलने होंगे और एक्चुअली एस्टेट प्लानिंग का एक पार्ट है, प्रीमियम बहुत ही घट होंगे कंपेयर टू जो रेगुलर इंश्योरेंस है। तो इवन रिलेटेड भी थोड़ा कोई क्वेश्चन है बहुत जरूरी है पहुंचाउणी ते हमेशा दोस्तों असीं रेकमेंड इसलिए करदे हां अमरप्रीत चावला जी नूं नॉलेज करके पता है जिंदगी दे नाल भी जिंदगी तो बाद भी अमरप्रीत चावला जी थोड़े नाल हुणे हुणे कॉल करो 6474461616 647 446 1616 ते हुणे कॉल कीती जा सकदी है। अमरप्रीत जी कुछ होर कुछ ऐड ऑन करना चाहोगे प्लीज? बिल्कुल दोस्तों गल्लां बातां दा सिलसिला साज रेडियो टोरंटो दे उत्ते 905-673-3333 ते चलदे आ कॉलां वल नूं। मैनूं पता है मेरे भैण भरा बहुत देर तों वेट कर रहे ने। हरमन बराड़ जी सत श्री अकाल जी। सत श्रीकाल जी, की हाल चाल? वधिया जी वधिया। तुहाडा नाम ही है हरमन? हाँ जी हरमन जी। हरमन जी जी, ठीक है। चलो मैं थोड़ा जा डीपली लेवल ते चेक कर लेना। 2000 दस्या तुसी ने सितंबर दे विच, ठीक है। कॉन्फिडेंस तो बहुत है, बहुत कॉन्फिडेंस है ते जेड़ी चीज बारे सोच लैंदे हो उहनूं पाके हटदे हो। टैलेंट बहुत है, क्रिएटिव दिमाग है ते स्टडी दे विच भी बहुत अच्छे रहे हो हुण तक, ठीक है जी। ते बहुत अच्छा है, बहुत की पढ़ाई कीती है? कोई काफी वड्डी पढ़ाई कीती है जां कर रहे हो कुछ? बहुत अच्छा है, बहुत तुसी बहुत ब्रेव भी बहुत हो, सब बहुत अच्छा है। तुहानू सारी चीजा मैं कहूंगा भी रब ने तुहानू परफेक्ट बना के भेजे, ठीक है। जी सारा कुछ ठीक है, परमात्मा ने सब कुछ अच्छा करे, नेगेटिविटी किस चीज दी है? नहीं कोई गल नहीं, कोई हेल्थ इशू है ने, मेडिकली तो कवर कर रहे हो ना सारी चीजा नु तुसी, मेडिकली ठीक हो रही है ना, कोई ऐसी चीज तो नहीं हैगी ना जेडी चीज थोड़ी मतलब दिक्कत खाली नहीं हो रही, ऐसी तो कोई चीज नहीं ना। हाँ जी होता है। देखो तुसी ना रिलैक्स रहो, सोचना छोड़ो, बहुत ओवर इस चीज लई सोच रहे हो। नॉर्मल चीजा ने, यह बेसिक गल्ला ने, यह सब चाहुंदियां ने, सब चाहुंदियां ने, तुसी कल्ले नहीं हैगे। तुसी देखो जाके, तुसी कदे हस्पताल दा किसी भी सरकारी हस्पताल जां प्राइवेट हस्पताल किते भी जाके देख के आओ भी लोकां नूं दिक्कतां किन्नियां ने। जो अभी किसी सानू घरे सीख मिलता हूं भी भाई नहीं मैं देख के चलो, वह क्यों कहा जाता है भी वह बहुत लोग ने दुनिया के जिन्होंने बहुत दिक्कत ने, असं रब का शुकराना करिए भी बाबा जी ने सानू बहुत वधिया रखा पाया, ठीक है। तुसी चिंता ना करो, कोई ऐसी ऐसी थोनू कोई प्रॉब्लम नहीं हैगी जिदा कोई हल नहीं हो सकता, नॉर्मल बेसिक ने। ते उहदे लई तुसी वो जो मेडिकली थोनू एडवाइस की जा रही है डॉक्टर वालों वह जरूर करो, एक्सरसाइज करो, योग करो, थोड़ा बहुत परमात्मा का नौ लिया करो। तुसी तां थोड़ा तां रब ने थोनू जिवें मैं पढ़ के दस्या है बहुत अच्छा है थोड़ा, थोनू तां कोई चिंता करन दी लोड़ ही नहीं, हेल्थ की चिंता भी छड़ दो, ठीक है। थोड़ा कोई फैमिली डॉक्टर है जां कोई भी हैगा उहनां नाल गलबात करो, जे थोनू कोई लग रहा है कोई चीज थोनू दिक्कत आ रही है 100% तुसी रिकवर करोगे। तां रीजन बिहाइंड दैट थोड़े अंदर बहुत हौसला है, तुसी किसी भी चीज नूं मात दे सकदे हो। जे थोनू अंदर कोई फिजिकली भी थोनू जां बॉडी दे विच भी जां मेंटली भी थोनू कोई दिक्कत आ रही है ना, जे तुसी सोच लिया भी मैं चीज नूं अंदरों किल करना उस नेगेटिविटी नूं, 100% दिस इज माई वर्ड्स कि तुसी उहनूं किल कर दोगे।
ठीक है, रिलैक्स रहो, सब ऑल गुड है, सब ऑल गुड है। जो मैं थोड़ा क्या सोचना ओवर सोचना छोड़ दो, एक्सरसाइज वाले ध्यान दो, तुझे खुद कहोगे मैनू महीने बाद कॉल करके भी सारा कुछ ठीक हो गया। ठीक है, ठीक है, ध्यान रखना अपना। थैंक यू, थैंक यू, थैंक यू, थैंक यू। बिल्कुल दोस्तों, 905-673-3337 के उत्ते गल्लां बातां चल रही ने। एक दो बोल, एक फरमायश आई है सिद्धू साहब की, फरमायश आई है सिद्धू भाई का गाना ला दिए, आ जाओ दो बोल। गाना थोड़ा सुना, एक कॉल ले लिए फिर मिड्डा फर्नीचर तो पवन मिड्डा साहब भी जुड़ रहे हैं। हाँ जी संदीप जी, सत श्रीकाल जी, की हाल चाल जी। मैं अपने बारे पूछना सी, मेरा डेट ऑफ बर्थ हैगा 15 फरवरी 1986। गुस्सा किन्ना क करते हो संदीप जी? गुस्सा तो नहीं है, नहीं करते, बिल्कुल नहीं करते, थोड़ा बहुत खरीदते बट इतना लाइक दिल ते नहीं लेंदे गल्लां नूं ना। ठीक है, थोड़ा तो ठीक है, तुसीं तां बहुत कमाल हो थोड़े ते, पर बड़ी जल्दी जल्दी लोग थोड़े ते विश्वास नहीं करते। कोई नहीं करते है, देखो ठीक है, कोई ऐसी चीज तो है नहीं जिहड़ी रब ने कोई लुको के रखी है थोड़े कोल, तुहानू समय दे हिसाब नाल सारियां चीजां मिल रहियां ने, दिमाग बहुत तेज है। ठीक है, थोड़े मूड दे उत्ते डिपेंड करदा, जे वधिया माहौल दे विच बैठे हो, वधिया लोकां नाल बैठे हो, फिर उत्थे जोक्स भी बड़े वधिया क्रैक करदे हो, वधिया थोड़ा मतलब थोड़ा फ्रेंड सर्कल दे विच भी अच्छा हैगा कनेक्ट, ते पर तुसीं जल्दी जल्दी किसे ते विश्वास नहीं करदे। दस्सो मैनूं, सही दस्सो, मैं सही बोल रहा हूँ, तुसीं जल्दी जल्दी किसे ते विश्वास नहीं करदे। ठीक है, पर घर च विश्वास बना के रखना। ठीक है, समय टाइम नाल सोया करो, ते रात नूं पैर धो के सोया करो। ठीक है, कोई स्पेशल क्वेश्चन है दिमाग च? करियर दी रिलैक्स रहो, कोई ऐसी गल नहीं हैगी, पर वड्डी गल जो मैं थोनू कहूंगा, स्टेबिलिटी बनानी है, किसी भी जॉब करो, कोई भी बिजनेस करो, ये नहीं करना भी अज चीज फड़ ली है ते बस मैनू मैं जल्दी जल्दी इस चीज तो भज्जना है। स्टेबिलिटी मस्ट है थोड़े काम दे विच, उहनू टाइम दो, काम नू सिखो, उपरो उपरो काम नहीं सीखना, एक्चुअल दे विच काम सीखना, ते फिर तरक्की करोगे जिंदगी दे विच, तुसी चिंता ना करो। वैसे मैनू लगता नहीं हुण तुहानू आउणी चाहीदी, जे कोई दिक्कत आ भी रही है तां उह हट जूगी समय दे हिसाब नाल। ठीक है, एक तां रब दा नां लिया करो, एक एक्सरसाइज वल ध्यान दो। ठीक है जी, थैंक यू, थैंक यू, थैंक यू। 905-673-3337 ते पवन मिड्डा साहब साडे नाल जुड़ चुके ने मिड्डा फर्नीचर तों, चार लोकेशन आ ब्रैम्पटन, स्कारब्रो, मिसिसागा, कैम्ब्रिज। आओ करदे आ भाजी दा वेलकम। भाजी सत श्री अकाल, की हाल चाल? ਮਜ਼ਬੂਤ ਕਰਦੇ ਪਏ ਜੇ ਤੁਸੀਂ ਸਵਰਨ ਵਰਤੀ ਡਾਇਨਿੰਗ ਟੇਬਲ ਲੱਭਦੇ ਸੀ
D596 model number. Actually, the brand name type table $899. The price of table or charge. इसी तरह एक्चुअली दी डाइनिंग टेबल है D384 D385 599 दिया बेडरूम सेल जी लोग गल करते हैं अभी जो एस भी स्पेशल आया हाई एंड बेटल आया हुआ पोर्टर पोर्टर भी पूरी ओ आर टी ई आर पोर्टर के नाम तो ही तो D697 एक्चुअली गूगल से फॉलो 3900 का लगे हुआ बाजार से बेटा फर्नीचर से मिलेगा 2490 लगेगा मार्बल टेबल किसी भी साढ़े स्टोर से जो भी आते घट तो घट भी 13-14% प्राइस शुरू होती थी पर हम मार्बल टेबल का एक मॉडल जेडे भैन भरा कई बार सोचते थे नहीं 13-14% लागे कुर्सियां बखरिया लागे उन्होंने फिर 899 की प्राइस रेंज से अपना टेबल लिया के देता मिडा फर्नीचर से हाई एंड फर्नीचर बेचा जाता है इटालियन बेडरूम सेट लैने और जेनुअन लैदर का सेक्शनल की मैं गल करा जेनुअन लैदर का सोफा वर्क भाई गल करा 7-8 हजार के उन्होंने 2-2 हजार का डिस्काउंट भी है पर बाइंग ईजी करती है बिना ब्याज तो बिना किसी एक्स्ट्रा कॉस्ट तो बिना किसी चार्जेस तो 24 मेरे बच्चे साडे बच्चे आ गए स्टूडेंट आए नवे आए आ 50-60 लोग देंगे मैं कहना चंगी मैट्रस से सोन 7 इंच की जी फोम की मैट्रस है सिर्फ $70 की मिडा फर्नीचर की किसी भी लोकेशन से जाके लै सकते हैं बच्चे आ सिर्फ उन्होंने जो नवी उन्होंने सपोर्ट करना मांग रहे हैं $120-130 की बाजार से मिलती होनी $70 की 7 इंच मैं 7 इंच की मैट्रस की गल करता रहा आओ क्योंकि साडा वजूद भी तुहाडे करके है तुहाडे प्यार करके तुहाडी दुआवां करके तुहाडे साथ करके मिडा फर्नीचर चलता कोई भी फर्नीचर की आइटम लेनी है तुम साढ़े स्टोर से आओगे बाजार नालों घट तो घट 10% सस्ती लेंगे जी आइटम साढ़िया 25-30% सस्ती है तो सू बड़ा माण है उन्होंने तुम्हें कोई भी एडवर्टीज प्राइस है ये सोच के भरा जो स्टोर से आई हो कि 10% का मिनीमम सस्ती मिली जानी है एक बार सेवा का मौका दो एक बार अजमाओ मैं कहना सू एक बार अजमायश से तुम अजमायश साढ़े लो इम्तिहान लै लो वैसे तो कहते वाहगुरु करे इम्तिहान पता का कोई लवे ना क्योंकि बहुत औखे होंगे इम्तिहान ਅਸੀਂ ਕਹਿੰਦੇ ਕੋਈ ਸੁਝਣ ਨੂੰ ਅਜਮਾਓ ਆਪਣਾ ਜਦੋਂ ਤੁਹਾਡੀ ਅਜਮਾਇਸ਼ ਚ ਪਾਸ ਹੋ ਜਾਈਏ ਤੁਹਾਡਾ ਹੱਕ ਬਣਦਾ ਫਿਰ ਤਾਂ ਸਾਡਾ ਹੱਕ ਬਣਦਾ ਕਿ ਤੁਹਾਡਾ ਮਾਣ ਯੋਗ ਡਿਲੀਵਰ ਸਾਨੂੰ ਮਿਲੇ ਆਓ ਮਿੰਡਾ ਫਰਨੀਚਰ ਤੁਹਾਡਾ ਆਪਣਾ ਸਟੋਰ 416-900-1282 ਨੰਬਰ ਆ ਥੈਂਕ ਯੂ ਵੈਰੀ ਮਚ ਭਾਜੀ थैंक यू ते जिवें कि मैं पहला दस्या चार लोकेशन ब्रैम्पटन स्कारबरो मिसिसागा कैम्ब्रिज दे विच पवन मिड्डा साहब हमेशा बल्ले बल्ले कराउंदे ने ते तुसी होर आपदी बल्ले बल्ले कराउणी है इस वीकेंड ते जाके मिलना हैगा पवन मिड्डा साहब नूं मिड्डा फर्नीचर दे उत्ते जाके ते जदों मंडे मैं कॉल लवां ते उत्ते बल्ले बल्ले भाजी होर भी नवीं तों नवीं डीलां वैसे रोज ही कोई ना कोई नवीं डील लैके आउंदे ने स्पैशल तुहाडे वास्ते नंबर मैं दोबारा देण लग्गिया 416-900-1282 4169012810 ते ला दो लहरा बहरा इस वीकेंड ते जाके भाजी कुछ होर ऐड ऑन करना चाहोगे थैंक यू तुहाडा नंबर एक बार दोबारा 416-900-1282 4169012810 थैंक यू सो मच भाजी साडा जुड़न दे लई थैंक यू स्टूडियो दा नंबर 905-673-3337 ते 9:55 हो चुके ने जल्दी जल्दी मैं कॉलां लाऊंगा ते मैं कोशिश करूंगा जे मेरे भैण भरा मैनू क्वेश्चन दस पुछ सकदे ने कोई भी क्वेश्चन थोड़े दिमाग च हैगा मैनू पुछ सकदे हो 841 सत श्री अकाल जी हेलो हां जी भाई जी सत श्री अकाल भाई की हाल ने वधिया भाजी वधिया जी भाई मेरी डेट ऑफ बर्थ है 21 दिसंबर 1997 दोबारा बोलना भाजी सॉरी 21 दिसंबर 21 दिसंबर जी जी ठीक है भाजी बहुत मेहनती हो कोई क्वेश्चन दसो मेरे टाइम दी शॉर्टेज करके मैंने तुसी क्वेश्चन पूछो कोई थोड़े दिमाग दे विच क्वेश्चन भाजी अपना मैं फिर ना मेरा कंस्ट्रक्शन दा बिजनेस आ ते काम थोड़ा जा अपना घट चलदा पिया मैं तां दा नलगुप्त रिगार्डिंग कॉल ठीक है कम ठीक है काम दा तां हुण इक समां भी ऐसा चल रहा है ते चिंता ना करो काम ने ठीक समय दे हिसाब नाल हो जाना ठीक है
एक दो चीजा मैं देख लगा थोड़ी डीपली लैवल से जाके भी की काम करना है। गुस्सा किन्ना आंदा है? गुस्सा ते जी बहुत हुंदा जी, मैं तां ड्राइविंग क्यों झूठ बोला। हां गुस्सा क्यों आंदा? रब ने इतना वधिया काम सेट करया होया जी कंस्ट्रक्शन दा, मैं मतलब अपना फाउंडेशन पौंदा जी, 10-20 मिंटा दा काम हो गया फाउंडेशन दा। नहीं ठीक है, मैं तुहानू ये कह रहा, तुहानू थोड़े जिहड़ी थोड़े पार्टनर ने ओह वी तुहानू बहुत अच्छे मिले हुए ने। हां जी लो कमाल होगी, जिहड़े बंदे नू पार्टनर अच्छा मिल गया गुस्सा किवें आ सकदा है? सारी दुनिया ते ऐसा समा चल रहा है, इस समय नू असीं शांति नाल कढ़ना है, गुस्से नाल नहीं कढ़ना। गुस्सा कर दो हेल्थ ते इंपैक्ट पाउणे ओ प्रॉब्लम आउंदी है, गुस्सा करना बंद कर दो। ठीक है जी, बाकी ठीक है, थोड़ा बहुत तुसीं चिंता चिता रहने हो क्योंकि पैसा अनस्टेबल होया पै अजकल। मेरा नंबर साज रेडियो करके ना मेरा डायरेक्ट नंबर आऊगा, मेनु कॉल कर लियो। पाजी नंबर एक शॉर्ट है, मेनु भावे बाद च कॉल कर लियो, सो सॉरी एक कॉल विच स्पॉन्सर जुड़े हुए ने साडे, मैं उनकी कॉल लेनी है, सो सॉरी भाजी। जय परमार साहब साडे नाल जुड़े हुए ने, मैं माफी मांगूंगा, नॉर्मल दोस्तों आपां कॉल नहीं करते, पर जय परमार साहब का मैसेज देना थोड़े लिए बहुत जरूरी है क्योंकि चाहे फाइनेंशियल रेजिडेंशियल होवे चाहे कमर्शियल होवे मॉर्गेज की गल करेंगे। जय परमार साहब करदे भाजी दा वेलकम। भाजी सत श्री अकाल। जी जी मैसेज छोड़ दो विदिन फ्यू आवर्स कॉल बैक करा। ਪਹਿਲੀ ਗੱਲ ਬੇਸਿਕਲੀ ਗੱਲ ਕਰਾਂਗੇ ਫਸਟ ਟਾਈਮ ਹੋਮ ਬਾਇਰ ਜਾਂ ਪ੍ਰੀ ਕੰਸਟਰਕਸ਼ਨ ਜੋ ਲੋਕ ਖਰੀਦਣਾ ਚਾਹ ਰਹੇ ਉਹਨਾਂ ਬਾਰੇ। ਮੇਨ ਭਾਜੀ ਇਸ਼ੂ ਜੋ ਆ ਰਹੇ ਆ ਉਹ ਇਹ ਆ ਰਹੇ ਆ ਕਿ ਕਈ ਵਾਰੀ ਅਪਰੇਜ਼ਲ ਦੀ ਵੈਲਿਊ ਜਿਹੜੀ ਆ ਉਹ ਘੱਟ ਆਉਂਦੀ ਹੈ ਜਾਂ ਹੋਰ ਕੋਈ ਅਨਸਰਟਨ ਚੀਜ਼ ਹੋ ਜਾਂਦੀ, ਕਈ ਵਾਰੀ ਲੈਂਡਰ ਹੀ ਨਹੀਂ ਉਹਨਾਂ ਦਾ ਰਿਪਲਾਈ ਕਰਦਾ, ਕ੍ਰੈਡਿਟ ਬਿਲੋ ਰਿਕੁਆਇਰਮੈਂਟ ਉਹਨਾਂ ਦਾ ਚਲੇ ਜਾਂਦਾ, ਕਈ ਵਾਰੀ ਜੋਬ ਚਲੀ ਜਾਂਦੀ ਹੈ ਬਿਲਕੁਲ ਕਲੋਜ਼ਿੰਗ ਦੇ ਬਾਅਦ ਆ ਕੇ। ਤੇ ਭਾਜੀ ਅਸੀਂ ਸਪੈਸ਼ਲਾਈਜ਼ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦੇ ਕੋਈ ਵੀ ਇਸ਼ੂ ਹੋਏ ਜਿਹੜਾ ਕੋਈ ਬੈਂਕ ਨਹੀਂ ਸੋਲਵ ਕਰ ਸਕਦਾ, ਤੁਸੀਂ ਸਾਡੇ ਕੋਲ ਲੈ ਆਏ ਉਹਦਾ ਅਸੀਂ ਤੁਹਾਨੂੰ ਹੱਲ ਕੱਢ ਕੇ ਜੋ ਵੀ ਤੁਹਾਡੀਆਂ ਆਪਸ਼ਨ ਹੋਣਗੀਆਂ ਉਹ ਅਸੀਂ ਜ਼ਰੂਰ ਤੁਹਾਨੂੰ ਦੇਵਾਂਗੇ। ਕੋਈ ਵੀ ਬੈਂਕ ਦਾ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਹੈਗਾ ਕੋਈ ਵੀ ਇਸ਼ੂ ਉਹਨੂੰ ਉਹਦਾ ਅਸੀਂ ਹੱਲ ਕਰਾ ਕੇ ਦੇਵਾਂਗੇ। ਨੰਬਰ ਇੱਕ ਕਰੀ ਭਾਈ ਫੇਰ ਬੋਲ ਦਿੰਦਾ 226-582-4443। ਧੰਨਵਾਦ ਭਾਈ ਜੀ, ਸੋ ਸੋਰੀ ਭਾਜੀ ਅੱਜ ਟਾਈਮ ਕਰਕੇ, ਪਰ ਮੈਂ ਫਿਰ ਵੀ ਰਿਕਮੈਂਡ ਕਰੂੰਗਾ ਦੋਸਤੋ ਵੀਕਐਂਡ ਤੇ ਜਾ ਕੇ ਭਾਜੀ ਨੂੰ ਮਿਲ ਸਕਦੇ ਹੋ, ਨੰਬਰ 226-582-4443। ਥੈਂਕ ਯੂ ਸੋ ਮਚ ਭਾਜੀ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਬਿਲਕੁਲ ਦੋਸਤੋ, ਤੇ ਅੱਜ ਦੇ ਲਈ ਕਰਦੇ ਹਾਂ ਇੱਥੇ, ਸਤਿ ਸ੍ਰੀ ਅਕਾਲ, ਮਿਲਾਂਗੇ ਸੋਮਵਾਰ।